ਕੈਨੇਡਾ ਦੀ ਤਰਜ਼ੇ ਜ਼ਿੰਦਗੀ ਵਿੱਚ ਸਿੱਖ ਭਾਈਚਾਰੇ ਦਾ ਯੋਗਦਾਨ ਸਲਾਹੁਣਯੋਗ ਹੈ। ਹਰ ਖੇਤਰ ਵਿੱਚ ਸਿੱਖ ਮੋਹਰੀ ਭੂਮਿਕਾ ਨਿਭਾ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਐਡਰੀਆਨ ਡਿਕਸ ਸਿੱਖ ਭਾਈਚਾਰੇ ਤੋਂ ਖਾਸੇ ਪ੍ਰਭਾਵਿਤ ਹਨ। ਉਹ ਸਿੱਖ ਭਾਈਚਾਰੇ ਵੱਲੋਂ ਸਿੱਖ ਬਲੱਡ ਡਰਾਈਵ ਕੰਪੇਨ ਨੂੰ ਲੈ ਕੇ ਉਹਨਾਂ ਦੀ ਤਾਰੀਫ ਕਰ ਰਹੇ ਹਨ। ਇਹ ਬਲੱਡ ਡਰਾਈਵ ਸਿੱਖ ਨੇਸ਼ਨ ਨਾਮੀ ਜਥੇਬੰਦੀ ਵੱਲੋਂ ਉਲੀਕੀ ਗਈ ਹੈ। ਕੈਨੇਡੀਅਨ ਬਲੱਡ ਸਰਵਿਸ ਦੇ ਸਹਿਯੋਗ ਨਾਲ ਇਸ ਮਹਾਮਾਰੀ ਦੌਰਾਨ ਇਸ ਬਲੱਡ ਕੰਪੇਨ ਨੂੰ ਅੰਜਾਮ ਤੇ ਪਹੁੰਚਾਇਆ ਜਾ ਰਿਹਾ ਹੈ। Waterloo today saving lives. We have over 20 people booked that are coming to donate blood, and they're going to help people throughout Ontario, throughout Canada to live healthier, more impactful lives. ਸਿਹਤ ਮੰਤਰੀ ਦਾ ਕਹਿਣਾ ਹੈ ਕਿ ਮੈਂ ਇਸ ਉਦਮ ਤੋਂ ਖਾਸਾ ਪ੍ਰਭਾਵਿਤ ਹਾਂ ਅਤੇ ਵਾਕਈ ਕਾਬਲੇ ਤਾਰੀਫ ਹੈ। ਦੱਖਣੀ ਏਸ਼ੀਆ ਮੁਲਕਾਂ ਤੋਂ ਆਏ ਲੋਕ, ਖਾਸ ਕਰ ਸਿੱਖ ਭਾਈਚਾਰਾ ਹਰ ਸਾਲ ਇਹ ਵੱਡੀ ਬਲੱਡ ਕੰਪੇਨ ਚਲਾਉਂਦਾ ਹੈ। Organization that's of volunteers that does what's called the Sikh blood drive every year. People in the South Asian community of the Sikh faith who every year launch one of the biggest blood drives in Canada. Sikh Nation 1999 ਤੋਂ ਇੱਕ ਖੂਨਦਾਨ ਮਹਿੰਮ ਨੂੰ ਇਸੇ ਤਰ੍ਹਾਂ ਚਲਾ ਰਿਹਾ ਹੈ। 1984 ਸਿੱਖ ਕਤਲੇਆਮ ਦੀ ਯਾਦ ਵਿੱਚ ਸ਼ੁਰੂ ਕੀਤੀ ਗਈ ਇਸ ਖੂਨਦਾਨ ਮਹਿੰਮ ਨਾਲ ਸਾਲ ਦਰ ਸਾਲ ਬਹੁਤ ਲੋਕ ਜੁੜੇ ਹਨ ਅਤੇ ਸਿਲਸਿਲਾ ਨਿਰੰਤਰ ਜਾਰੀ ਹੈ। ਇਸ ਵੇਲੇ ਜਦੋਂ ਕੈਨੇਡਾ ਕੋਰੋਨਾ ਵਰਗੀ ਮਹਾਮਾਰੀ ਨਾਲ ਨਜਿੱਠ ਰਿਹਾ ਹੈ ਤਾਂ ਉਹਨਾਂ ਹਾਲਾਤਾਂ ਵਿੱਚ ਜ਼ਿੰਮੇਵਾਰੀ ਹੋਰ ਵੀ ਵੱਡੀ ਹੋ ਜਾਂਦੀ ਹੈ। ਸਿੱਖ ਨੇਸ਼ਨ ਇਸ ਵੇਲੇ ਕੈਨੇਡੀਅਨ ਬਲੱਡ ਸਰਵਿਸ ਨਾਲ ਮਿਲ ਕੇ ਆਪਣਾ ਯੋਗਦਾਨ ਦੇ ਰਿਹਾ ਹੈ। ਸਿਹਤ ਮੰਤਰੀ ਡਿਕਸ ਦਾ ਕਹਿਣਾ ਹੈ ਕਿ ਇਸ ਵਾਰ ਤੁਸੀਂ ਇਸ ਮਹਿੰਮ ਨੂੰ ਹੋਰ ਵੱਡੇ ਪੱਧਰ ਉੱਪਰ ਲੈ ਗਏ ਜਿਸ ਦੀ ਲੋੜ ਸੀ। ਤੁਸੀਂ ਇਸ ਘੜੀ ਵਿੱਚ ਆਪਣਾ ਯੋਗਦਾਨ ਬੜੀ ਸ਼ਿੱਦਤ ਅਤੇ ਭਾਵਨਾ ਨਾਲ ਪਾਇਆ ਹੈ ਜੋ ਕਾਬਲੇ ਤਾਰੀਫ ਹੈ। ਤੁਸੀਂ ਕੈਨੇਡੀਅਨ ਬਲੱਡ ਸਰਵਿਸ ਨਾਲ ਮਿਲ ਕੇ ਪ੍ਰਸ਼ੰਸਾ ਯੋਗ ਯੋਗਦਾਨ ਪਾ ਰਹੇ ਹੋ, ਇਹ ਆਪਣੇ ਆਪ ਵਿੱਚ ਬਾਕਮਾਲ ਹੈ। ਇਸ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਬਲੱਡ ਡੋਨੇਟ ਕਰਕੇ 1.5 ਲੱਖ ਲੋਕਾਂ ਦੀ ਜਾਨ ਬਚਾ ਚੁੱਕੇ ਹਨ। ਪਹਿਲਾਂ ਬਲੱਡ ਡੋਨੇਸ਼ਨ ਕਲੀਨਿਕ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੈਨਲੈਂਡ ਵਿੱਚ ਖੋਲਿਆ ਗਿਆ, ਪਰ ਹੁਣ ਕੈਨੇਡਾ ਦੇ ਹਰ ਹਿੱਸੇ ਵਿੱਚ ਹੈ। USA ਸਮੇਤ ਹੋਰ ਹਿੱਸਿਆਂ ਵਿੱਚ ਵੀ ਬਲੱਡ ਬੈਂਕ ਚੱਲ ਰਹੇ ਹਨ। Launch one of the biggest blood drives in Canada. They are launching a new blood drive at the call of Dr. Henry and many others across the country, and we're so honored and excited by that. They're working with Canadian Blood Services on that, and it's such an important thing to do and really heartening to see they and so many other people in the community supporting one another at this critical time. ਸਿੱਖ ਬਲੱਡ ਡੋਨੇਸ਼ਨ ਕੰਪੇਨ ਸ਼ਾਂਤੀ ਅਤੇ ਪਿਆਰ ਦਾ ਸੁਨੇਹਾ ਦਿੰਦਾ ਹੈ ਅਤੇ ਪੂਰੀ ਦੁਨੀਆ ਦੇ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਇਸ ਕੰਪੇਨ ਵਿੱਚ ਉਹ ਆਪਣਾ ਬਣਦਾ ਯੋਗਦਾਨ ਪਾਉਣ, ਕਿਉਂਕਿ ਇਹ ਮਨੁੱਖਤਾ ਦੀ ਭਲਾਈ ਦਾ ਸਭ ਤੋਂ ਵੱਡਾ ਉਦਮ ਹੈ ਅਤੇ ਇਹ ਸਭ ਤੋਂ ਵੱਡਾ ਮਹਾਦਾਨ ਹੈ। ਸੋ ਕੈਨੇਡਾ ਵਿੱਚ ਖੂਨਦਾਨ ਦੇ ਖੇਤਰ ਵਿੱਚ ਆਪਣੀਆਂ ਬਹੁਮੁੱਲੀਆਂ ਸੇਵਾਵਾਂ ਨਿਭਾ ਰਿਹਾ ਸਿੱਖ ਭਾਈਚਾਰਾ ਕੌਮਾਂਤਰੀ ਪੱਧਰ ਉੱਪਰ ਇਹ ਵੱਡਾ ਸੁਨੇਹਾ ਦੇ ਰਿਹਾ ਹੈ ਅਤੇ ਇਸ ਸੁਨੇਹੇ ਨੂੰ ਚੰਗਾ ਹੁੰਗਾਰਾ ਵੀ ਮਿਲ ਰਿਹਾ ਹੈ। ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ LORs SOP 'ਚ ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਸ ਵਿੱਚ ਏਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।